ਜਿਹੜੇ ਰੁਕੇ ਨੇ ਆਪਣੇ ਆਈਡੀਆ ਚੈੱਕ ਕਰਵਾ ਰਹੇ ਸੀ ਇੱਕ ਸਾਡੀ ਕਾਰ ਜਿਹੜੀ ਹੈਗੀ ਹੈ ਉਹਦੇ 'ਤੇ ਮੋਨੋ ਕਰਾਉਣ ਲੱਗਾ ਕੰਪਨੀ ਦਾ ਇਸ ਲਈ ਸਾਨੂੰ ਨਹੀਂ ਪੁੱਛਿਆ ਜਾ ਅੰਮੀ ਜੀ ਪਤਾ ਨਹੀਂ ਕਿੱਥੋਂ ਆ ਗਏ ਅੱਜ ਦਾ ਮੈਨਿਊ ਨਾਸ਼ਤਾ ਹੈਗਾ ਜੀ ਪਰਾਂਠੇ ਚਨੇ ਨਾਲ ਅੰਡੇ ਦੀ ਸਬਜ਼ੀ ਤੁਹਾਡੀ ਵਾਰੀ ਆ ਗਈ ਹੈ ਭਾਜੀ ਜੀ ਅਤੇ ਅੱਜ ਬੜਾ ਜ਼ਬਰਦਸਤ ਮੈਨਿਊ ਲੱਗ ਰਿਹਾ ਕਿਆ ਬਾਤ ਪਾ ਦੇ ਪਾ ਦੇ ਪਾ ਦੇ ਹੋਰ ਪਾ ਦੇ ਬਾਸ ਪਾ ਦੇ ਪਾ ਦੇ ਪਾ ਦੇ ਬਾਸ ਅੱਜ ਯਾਰ ਪਤਾ ਨਹੀਂ ਕੀ ਦੇਤਾ ਜੀ ਇਹਨਾਂ ਨੇ ਦਾਲ ਹੈਗੀ ਦੱਸ ਰਹੇ ਮੁਰਗਾ ਦੇ ਦਾਲ ਪਤਾ ਨਹੀਂ ਕੀ ਮਿਕਸ ਹੀ ਕਰ ਛੱਡਿਆ ਇਹਨਾਂ ਨੇ ਦੋ ਕੁ ਬਸ ਵੀ ਆ ਗਏ ਜੀ ਸ਼ਵਾਰਵੇ ਵਾਲੀਆਂ ਰੋਟੀਆਂ ਨਾਲ ਖਾਓ ਬੋਟੀਆਂ ਅੱਜ ਤਾਂ ਵਾਹਵਾ ਟਾਈਮ ਸਿਰ ਹੀ ਆ ਗਿਆ ਅੱਜ ਰੋਟੀ ਮੈਂ ਵੀ ਹੈਗਾ ਚਿਕਨ ਆਲੂ ਹੈ ਦਾਲ ਪਤਾ ਨਹੀਂ ਕੀ ਪਾਇਆ ਗਾਜਰਾਂ ਹੈਗੇ ਨੇ ਹਰਿਆ ਰਾਹ ਨਾ ਲੰਬੀਆਂ ਲੰਬੀਆਂ ਦਾਲ ਹੈਗੀ ਮੱਖਣਾਂ ਦੀ ਤਮਾਮ ਤਰ੍ਹਾਂ ਲੱਗੀ ਅਸੀਂ ਤਾਂ ਪਹਿਲੇ ਟਾਈਮ 'ਚ ਲੈ ਕੇ ਵਿਹਲੇ ਹੋ ਗਏ ਸ਼ਾਮ ਦਾ ਟਾਈਮ ਸ਼ਾਮ ਦਾ ਖਾਣਾ ਤੁਹਾਨੂੰ ਵਿਖਾਉਂਦੇ ਹਾਂ ਪਾਣੀ ਭਰਨ ਆਇਆ ਸਾ ਗੈਲਨ 'ਚ ਪਾਣੀ ਭਰਿਆ ਆਪ ਤੁਹਾਨੂੰ ਵਿਖਾਈਏ ਅਸੀਂ ਖਾਣਾ ਕੀ ਲਿਆ ਖਾਣੇ ਵਿੱਚ ਹੈਗੇ ਸੀ ਉਹੀ ਫਰਾਈ ਆਂਡੇ ਤੁਸੀਂ ਪਹਿਲੇ ਵੀਡੀਓ 'ਚ ਵੇਖਿਆ ਹੋਣਾ ਹੈ ਦਾਲ ਚਾਵਲ ਅਤੇ ਮਸਾਲੇ ਦਾਲ ਤਾਂ ਲਾਜ਼ਮੀ ਹੁੰਦੇ ਨੇ ਅਸੀਂ ਪਹੁੰਚ ਗਏ ਹਾਂ ਅਸੀਂ ਰੱਖੀ ਪਾਣੀ ਦੀ ਬੋਤਲ ਆਲੂ ਪਾ ਲੱਗੇ ਅਤੇ ਪਾਣੀ ਵੇਖੋ ਜੀ ਕੱਚਾ ਵਿੱਚ ਕੱਚਾ ਉਹ ਜੀ ਤੈਰਨ ਡਿਆ ਸਾਡਾ ਮੈਨਿਊ ਆਮ ਲੱਗੀ ਇਹ ਜੇ ਆਂਡੇ ਅਤੇ ਦਾਲ ਅਤੇ ਨਾਲ ਰੋਟੀਆਂ ਸਹੀ ਜਿਹੜਾ ਮੈਨਿਊ ਇਹ ਹੈਗਾ ਜੀ ਇਹ ਜਾਂ ਤਾਂ ਆਂਡੇ ਲੈ ਲਓ ਅਤੇ ਜਾਂ ਪਾਲਕ ਲੈ ਲਓ ਇੱਕ ਚੀਜ਼ ਤੁਸੀਂ ਲੈ ਸਕਦੇ ਜੀ ਉਹ ਆਂਡੇ ਤਾਂ ਖਾਧੇ ਨਹੀਂ ਜਾਂਦੇ ਮੈਂ ਫਿਰ ਇਹ ਲੈ ਲਈ